ਤਰਨਤਾਰਨ ਦੇ ਪਿੰਡ ਸ਼ਹਿਰਾ ਪੰਨਵਾਂ ਦੇ ਵਿੱਚ ਇੱਕ ਹੋਰ ਫਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਤੇ ਔਰ ਫਰੋਤੀ ਕਰਤਾ ਵੱਲੋਂ ਜਿਹੜੀਆਂ ਨੇ ਗੋਲੀਆਂ ਵੀ ਜਿਹੜੀਆਂ ਨੇ ਦੁਕਾਨ ਉੱਪਰ ਚਲਾਈਆਂ ਗਈਆਂ ਨੇ। ਹਾਲਾਂਕਿ ਜਿਹੜਾ ਦੁਕਾਨਦਾਰ ਸੀ ਉਹ ਬਲ ਬਲ ਬਚ ਗਿਆ। ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਪਵਨ ਦੀ ਹੱਟੀ ਕੱਪੜੇ ਦੀ ਦੁਕਾਨ ਹੈ ਜਿੱਥੇ ਨੁਸ਼ਹਿਰੇ ਦੇ ਵਿੱਚ 20 ਲੱਖ ਰੁਪਏ ਫਰੋਤੀ ਦੀ ਗੱਲ ਕਹੀ ਗਈ ਸੀ। ਹਾਲਾਂਕਿ ਉਹਨੂੰ ਕਿਹਾ ਗਿਆ ਸੀ ਅਗਰ ਤੇ ਨਾ ਦਿੱਤਾ ਤਾਂ ਗਿਫਟ ਜਿਹੜਾ ਜ਼ਰੂਰ ਮੋੜਿਆ ਜਾਏਗਾ, ਲੇਕਿਨ ਦੁਕਾਨਦਾਰ ਜਿਹੜੀ ਦੁਕਾਨ ਤੇ ਨਾ ਹੋਣ ਮੌਜੂਦ ਕਾਰਨ ਜਿਹੜਾ ਬਚਾਅ ਹੋਇਆ। ਹਾਲਾਂਕਿ ਦੁਕਾਨ ਦੇ ਕਰਿੰਦਰ ਥੋੜਾ ਜਿਹੜਾ ਕੱਚ ਵਜਾ, 3 ਗੋਲੀਆਂ ਜਿਹੜੀਆਂ ਨੇ ਇੱਥੇ ਚਲਾਈਆਂ ਗਈਆਂ ਨੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਿਹੜੀ ਹੈ ਬਰੀਕੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਫਰੋਤੀ ਕੋਲਸ ਵੀ ਜਿਹੜੀਆਂ ਆ ਰਹੀਆਂ ਸੀ ਲਗਾਤਾਰ, ਪਹਿਲਾਂ 2 ਤੋਂ 3 ਕੋਲਾਂ ਜਿਹੜੀਆਂ ਸੀ ਫਰੋਤੀ ਦੀਆਂ ਆਈਆਂ ਸੀ। ਔਰ ਸਾਡੇ ਨਾਲ ਦੁਕਾਨ ਦੇ ਓਨਰ ਦੇ ਰਿਲੇਟਿਵ ਨੇ, ਕੀ ਮਾਮਲਾ ਸੀ ਸਾਰਾ, ਕੀ ਗੱਲਬਾਤ ਸੀ ਔਰ ਕੀ ਲੱਗਦੇ ਨੇ ਤੁਹਾਡੇ? ਮੇਰੇ ਜੀ ਇਹ ਜੀਜਾਈ ਦੀ ਸ਼ੋਪ ਹੈ ਅਤੇ ਕੱਲ੍ਹ ਇਹਨਾਂ ਨੂੰ ਤਕਰੀਬਨ 3:53 'ਤੇ ਦੁਪਹਿਰੇ ਇੱਕ ਥਰੈਟ ਕਾਲ ਆਉਂਦੀ ਹੈ ਜੀ ਕਿ ਮੈਂ ਗੋਪੀ ਨੰਬਰਦਾਰ ਬੋਲਦਾ, 20 ਲੱਖ ਰੁਪਈਆ ਦੇ ਦੇ, ਠੀਕ ਹੈ। ਅਤੇ ਉਹ ਕਹਿੰਦੇ ਜੀ ਮੈਂ ਭਾਅ ਜੀ ਮਤਲਬ ਕਰਦਾ ਤੁਹਾਨੂੰ ਕਾਲ ਕਰਦਾ। ਕਹਿੰਦਾ ਚੱਲ 5 ਮਿੰਟ ਸੋਚਦਾ, 5 ਮਿੰਟ ਬਾਅਦ ਫਿਰ ਕਾਲ ਕਰਦਾ ਜੀ, ਕੀ ਸੋਚਿਆ? ਕਹਿੰਦੇ ਸ਼ਾਹ ਜੀ ਸਾਡੇ ਕੋਲ ਪੈਸੇ ਨਹੀਂ ਰਹੇ, ਆਪ ਫੜ ਫੜ ਕੇ ਕੰਮ ਕਰਦੇ ਹਾਂ। ਅਤੇ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ, ਸ਼ਾਮ 7 ਵਜੇ ਤੱਕ 2 ਲੱਖ ਦੇ ਦੇ, ਨਹੀਂ ਤਾਂ ਸਵੇਰੇ ਗਿਫਟ ਮਿਲ ਜੂਗਾ। 20 ਲੱਖ ਤੋਂ ਸਿੱਧਾ 2 ਲੱਖ ਤੇ? ਹਾਂ, ਸ਼ਾਮ 7 ਵਜੇ ਤੱਕ 2 ਲੱਖ ਦੇ ਦੇ, ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ 'ਚ ਕਰਾਂਗੇ ਆਪਾਂ ਤੇਰੇ ਨਾਲ। ਉਸ ਤੋਂ ਬਾਅਦ 7 ਵਜੇ 6:58 ਦੇ ਕਾਲ ਆਉਂਦੀ ਹੈ ਜੀ, ਹਾਂਜੀ ਕੋਈ ਸੋਚਿਆ? ਕਹਿੰਦੇ ਅਸੀਂ ਪੈਸੇ ਕਿੱਥੋਂ ਲਿਆਉਣੇ ਆ। ਕਹਿੰਦੇ ਫਿਰ ਸਵੇਰੇ ਗਿਫਟ ਮਿਲ ਜੂਗਾ ਤੇ ਗਿਫਟ ਦੇ ਦਿੱਤਾ ਜੀ। ਕਿੰਨੀਆਂ ਗੋਲੀਆਂ ਚੱਲੀਆਂ ਨੇ ਦੁਕਾਨ ਦੇ ਉੱਪਰ ਔਰ ਕੀ ਇੱਥੇ ਮੌਜੂਦ ਸੀ ਉਹ ਆਪ? ਤੇ ਇੱਥੇ ਜਿਹੜੇ ਸੀਗੇ ਉਹ ਦੂਸਰੀ ਦੁਕਾਨ ਤੇ ਮੌਜੂਦ ਸੀਗੀ ਜੀ। ਇੱਥੇ ਸੀਗਾ ਉਹਨਾਂ ਦਾ ਮਤਲਬ ਦੁਕਾਨ ਦਾ ਲੜਕਾ ਸੀਗਾ ਜਿਹਦੇ ਵਿੱਚ ਉਹ ਮਤਲਬ ਕੱਚ ਵੱਜਿਆ ਦੇ ਵਿੱਚ ਜੀ, ਇਹ ਮਤਲਬ ਇਹ ਨੀਚੇ ਹੋ ਕੇ ਬਚਿਆ ਜੀ, ਉਹ ਸਾਹਮਣੇ ਸੀਗੇ ਤਾਂ ਬਚਾ ਹੋ ਗਿਆ ਇਸ ਚੀਜ਼। ਤੁਸੀਂ ਕਿੱਥੇ ਸੀ ਉਦੋਂ ਜਦੋਂ ਸਾਰੀ ਘਟਨਾ ਹੋਈ ਔਰ ਜਦੋਂ ਇੱਥੇ ਮੌਜੂਦ ਸੀ ਦੁਕਾਨ? ਹਾਂ ਜੀ ਮੌਜੂਦ। ਕੀ ਹੋਇਆ, ਕੀ ਸੀ? ਉਹ ਇੱਥੇ ਆਇਆ, ਉਹਨਾਂ ਆਉਂਦੇ ਸਾਰਾ ਕੰਮ ਤੇ ਮੋਟਰਸਾਈਕਲ ਦੇ ਉੱਤੇ। ਬਿਲਕੁਲ ਜੀ, ਫਿਲਹਾਲ ਜਿਹੜੀ ਆ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਆ। ਹਾਲਾਂਕਿ ਪੁਲਿਸ CIA ਦੇ ਇੰਚਾਰਜ ਤੋਂ ਲੈ ਕੇ ਟੈਕਨੀਕਲ ਟੀਮਾਂ ਤੱਕ ਜਿਹੜੀਆਂ ਇੱਥੇ ਪਹੁੰਚੀਆਂ ਨੇ। ਹਾਲਾਂਕਿ ਗੋਪੀ ਨੰਬਰਦਾਰ ਦਾ ਨਾਮ ਜਿਹੜਾ ਸਾਹਮਣੇ ਆਉਂਦਾ ਜੀ, ਜਿਸ ਵੱਲੋਂ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਸਪਲੈਂਡਰ ਤੇ ਸਵਾਰ ਹੋ ਕੇ 3 ਜਣੇ ਆਉਂਦੇ ਨੇ, ਸਾਰੀ ਘਟਨਾ ਨੂੰ ਅੰਜਾਮ ਦਿੰਦੇ ਨੇ, ਲੇਕਿਨ ਉਹ ਦੁਕਾਨਦਾਰ ਜਿਹੜਾ ਬਾਲ ਬਾਲ ਬਚ ਜਾਂਦਾ ਔਰ 20 ਲੱਖ ਰੁਪਏ ਫਰੋਤੀ ਦੀ ਜਿਹੜੀ ਸੀ ਮੰਗ ਕੀਤੀ ਗਈ ਸੀ। ਇਹ ਰੈਂਸਮ ਕਾਲ ਕੱਲ ਜੋ ਸਾਨੂੰ ਇੱਥੇ ਆਉਣ ਤੇ ਪਤਾ ਲੱਗਿਆ, ਕੱਲ ਇਹਨਾਂ ਨੂੰ ਇੱਕ ਰੈਂਸਮ ਕਾਲ ਆਈ ਹੈ। ਔਨ ਦਾ ਬੇਸਿਸ ਆਫ ਦੈਟ ਇਹਨਾਂ ਨੇ ਮਤਲਬ ਕੋਈ ਐਪਲੀਕੇਸ਼ਨ ਵਗੈਰਾ ਵੀ ਦਿੱਤੀ ਸੀ, ਉਹਦੀ ਆਲਰੇਡੀ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਤੇ ਅੱਜ ਉਹ ਦੁਕਾਨ ਤੇ ਆ ਕੇ ਫਾਇਰ ਕਰਕੇ ਗਏ। ਜੋ ਅਲੈਜ ਕੀਤਾ ਉਹਨੂੰ ਅਸੀਂ ਸਾਰਾ ਤਸਦੀਕ ਕਰ ਰਹੇ ਹਾਂ। ਜਿਹੜੇ ਹਮਲਾਵਰ ਕਰਨ ਵਾਲੇ ਸੀ ਕਿੰਨੇ ਕੋਈ ਬੰਦੇ? 3 ਸੀਗੇ ਜੀ, 3 ਸੀਗੇ ਇੱਕੋ ਬਾਈਕ ਤੇ। ਅਜੇ ਕੁਝ ਆਈਡੈਂਟੀਫਿਕੇਸ਼ਨ ਹੋਈ ਕਿਸੇ ਦੀ? ਨੋਟ ਯੇਟ, ਕਰ ਰਹੇ ਹਾਂ ਜੀ, ਨੋ ਪ੍ਰੋਬਲਮ। ਸੀਸੀਟੀਵੀ ਸਾਹਮਣੇ? ਹਾਂ, ਸੀਸੀਟੀਵੀ ਫੁਟੇਜ ਅਸੀਂ ਕਲੈਕਟ ਕੀਤੀਆਂ ਤੇ ਬਾਕੀ ਮੈਨੂਅਲੀ ਤੇ ਫੋਰੈਂਸਿਕ ਅਸੀਂ ਕਰ ਹੀ ਰਹੇ ਹਾਂ ਸਾਰਾ।